ਪ੍ਰਧਾਨ ਮੰਤਰੀ ਨarendra Modi ਨੇ Congress ਪਾਰਟੀ ਉੱਪਰ ਝੂਠੇ ਵਾਅਦੇ ਕਰਨ ਦੀ ਸਖਤ ਲੋਜਣਾ ਕੀਤੀ ਹੈ। ਸੋਸ਼ਲ ਮੀਡੀਆ ਤੇ ਪਾਈਆਂ ਕਈ ਪੋਸਟਾਂ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਭਾਰ ਵਿੱਚ ਇਹ ਗੱਲ ਮਹਿਸੂਸ ਕੀਤੀ ਜਾ ਰਹੀ ਹੈ ਕਿ ਕਾਂਗਰਸ ਨੂੰ ਵੋਟ ਦੇਣ ਦਾ ਮਤਲਬ ਕੁਸ਼ਾਸ਼ਨ, ਖਰਾਬ ਅਰਥਵਿਵਸਥਾ ਤੇ ਅੰਨੇਵਾਲ ਲੁੱਟ ਦੀ ਹਮਾਇਤ ਕਰਨਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕ ਕਾਂਗਰਸ ਦੇ ਕਿਸੇ ਪਿਟੇ ਪੁਰਾਣੇ ਵਾਅਦੇ ਨਹੀਂ ਬਲਕਿ ਵਿਕਾਸ ਅਤੇ ਪ੍ਰਗਤੀ ਚਾਹੁੰਦੇ ਨੇ।